ਸ਼ਰਾਬ ਪੀਣ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ ਸ਼ੁਰੂਆਤ ਹੁੰਦੀ ਹੈ ਯੰਗ এজ ਦੇ ਵਿੱਚ ਹੌਲੀ 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 ਕੀ ਕੀ ਪਹਿਲਾਂ ਉਹ ਸ਼ਰਾਬ ਜਿਹੜੀ ਆ ਉਹਦੇ ਲੀਵਰ ਤੇ ਇਫੈਕਟ ਕਰਦੀ ਆ ਫਿਰ ਉਹਦੇ ਕੋਮਲ ਬ੍ਰੇਨ ਤੇ ਇਫੈਕਟ ਕਰਦੀ ਆ ਬ੍ਰੇਨ ਦੇ ਅੰਦਰ ਹਾਰਮੋਨ ਹੈ ਸੈਰੋਟੋਨਿਨ ਹਾਰਮੋਨ ਮੈਡਮ ਕਦੀ ਗੂਗਲ ਸਰਚ ਕਰਕੇ ਦੇਖਿਓ ਸੈਰੋਟੋਨਿਨ ਹਾਰਮੋਨ ਜਿਹੜਾ ਹੈਗਾ ਉਹ ਤੁਹਾਡੇ ਸਰੀਰ ਦਾ ਕਹਿੰ ਲੋ ਕਿ ਪਾਇਲਟ ਹੈ ਮੇਰੇ ਹੱਥ ਹਿੱਲ ਰਹੇ ਆ ਪੈਰ ਹਿੱਲਦੇ ਉਹਦਾ ਵਰਕ ਹੈ ਤੇ ਉਹ ਉਹ ਸ਼ਰਾਬ ਜਿਹੜੀ ਆ ਡੈਮੇਜ ਕਰ ਦਿੰਦੀ ਆ ਉਹ ਫਿਰ ਇਨਸਾਨ ਰੋਜ਼ ਸਵੇਰੇ ਉੱਠ ਕੇ ਕਹਿੰਦਾ ਹੈ ਵੀ ਅੱਜ ਨਹੀਂ ਪੀਣੀ ਕੋਸ਼ ਹੋ ਜੇ ਜਿਹੜਾ 30 ਐਮ ਐਲ ਆ 60 ਐਮ ਐਲ ਆ ਉਹ ਠੀਕ ਹੈ ਇੱਥੇ ਤੱਕ ਲੋਕ ਜੇ ਲੈਂਦੇ ਆ ਇਹ ਜ਼ਰੂਰ ਹੈ ਕਿ ਜਦੋਂ ਕੋਈ ਵੀ ਚੀਜ਼ ਬਦਤਰ ਹੋ ਜੇ ਤਾਂ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਤੁਹਾਡੇ ਆਪਣੇ ਸਰੀਰ ਨੂੰ ਹੈ ਤੂੰ ਮਨ ਬਣਾ ਤੈਨੂੰ ਮੇਰੀ ਸਾਡੀ ਜਿਹੜੀ ਦਵਾਈ ਆ ਪਹਿਲੇ ਦਿਨ ਤੋਂ ਜੇ ਇੰਨੀ ਵੀ ਤੋੜ ਲੱਗ ਜੇ ਤਕਲੀਫ ਹੋ ਜੇ ਤੈਨੂੰ ਨਸ਼ਾ ਛੱਡਣ 'ਚ ਕੋਈ ਦਿੱਕਤ ਆ ਜੇ ਤਾਂ ਉਹ ਉਹ ਸਾਡੀ ਜ਼ਿੰਮੇਵਾਰੀ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਕਿਵੇਂ ਸ਼ਰਾਬ ਤੇ ਇਹਨਾਂ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਇਸ ਵਿਸ਼ੇ ਤੇ ਪੂਰੀ ਜਾਣਕਾਰੀ ਦੇਣਗੇ ਵਰਦਾਨ ਆਯੁਰਵੈਦਿਕ ਤੇ ਹਰਬਲ ਮੈਡੀਸਨ ਪ੍ਰਾਈਵੇਟ ਲਿਮਿਟਿਡ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਗੋਇਲ ਸਾਹਿਬ ਸਤਿ ਸ਼੍ਰੀ ਅਕਾਲ ਮੈਡਮ ਸਾਰੇ ਦਰਸ਼ਕ ਜਿੰਨੇ ਵੀ ਆ ਆਪਣੇ ਅੱਜ ਪ੍ਰੋਗਰਾਮ 'ਚ ਹਾਜ਼ਰ ਨੇ ਦੇਖ ਰਿਹਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਨਿੱਗੀ ਬਹੁਤ ਹੀ ਪਿਆਰ ਭਰੀ ਬਹੁਤ ਹੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੁਲਬ ਮੈਂ ਨਾ ਅੱਜ ਤੁਹਾਨੂੰ ਨਾਲ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਨ ਆਈ ਆ ਜੀ ਅ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਪਰ ਸ਼ਰਾਬ ਇੱਕ ਐਸਾ ਨਸ਼ਾ ਹੈ ਜਿਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਜੀ ਤੁਹਾਡੇ ਕੋਲ ਤਾਂ ਬਹੁਤ ਸਾਰੇ ਲੋਕ ਆਂਦੇ ਹੋਣੇ ਆ ਤੁਹਾਨੂੰ ਨਾਲ ਉਹਨਾਂ ਦਾ ਰਾਬਤਾ ਵੀ ਪੈਂਦਾ ਹੈ ਤੇ ਮੈਨੂੰ ਇਹ ਦੱਸੋ ਕਿ ਸ਼ਰਾਬ ਪੀਣ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਤੇ ਉਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ ਬਿਲਕੁਲ ਮੈਡਮ ਤੁਹਾਡਾ ਜਿਹੜਾ ਸਵਾਲ ਹੈ ਇਹ ਇਹ ਵਾਜਿਬ ਹੈ ਇੱਕ ਵੱਡੀ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਸ਼ਰਾਬ ਪੀਣ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ ਸ਼ੁਰੂਆਤ ਹੁੰਦੀ ਹੈ ਯੰਗ এজ ਦੇ ਵਿੱਚ ਪਤਾ ਉਦੋਂ ਲੱਗਦਾ ਹੈ ਜਦੋਂ ਇੱਕ ਮੱਖੀ ਸ਼ਹਿਦ ਵਿੱਚ ਆਪਣੇ ਪੰਖ ਲਵੇੜ ਬੈਠਦੀ ਹੈ ਬਹੁਤ ਲੋਕਾਂ ਨੇ ਇਹ ਕਹਾਣੀ ਸੁਣੀ ਹੈ ਵੀ ਜਦੋਂ ਪੰਖ ਪਹਿਲਾਂ ਤਾਂ ਉਹਨੂੰ ਬੜਾ ਸ਼ਹਿਦ ਮਿੱਠਾ ਜਿਹਾ ਲੱਗਦਾ ਖਾਈ ਜਾਂਦੀ ਖਾਈ ਜਾਂਦੀ ਪਤਾ ਹੁਣ ਉਦੋਂ ਲੱਗਦਾ ਜਦ ਪੰਖ ਲਿਬੜ ਜਾਂਦੇ ਨੇ ਫਿਰ ਮੌਤ ਉਹਦਾ ਖੇੜਾ ਛੜਾਉਂਦੀ ਹੈ ਸ਼ਹਿਦ ਤੋਂ ਉਹ ਤਾਂ ਉੱਡਿਆ ਨਹੀਂ ਜਾਂਦਾ ਬਿਲਕੁਲ ਸਹੀ ਉਹੀ ਹਾਲ ਉਹ ਬੱਚੇ ਦਾ ਹੋ ਜਾਂਦਾ ਕਿ ਹੌਲੀ 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 ਕੀ ਹੈ ਕਿ ਪਹਿਲਾਂ ਉਹ ਸ਼ਰਾਬ ਜਿਹੜੀ ਆ ਉਹਦੇ ਲੀਵਰ ਤੇ ਇਫੈਕਟ ਕਰਦੀ ਆ ਹੂੰ ਫਿਰ ਉਹਦੇ ਕੋਮਲ ਬ੍ਰੇਨ ਤੇ ਇਫੈਕਟ ਕਰਦੀ ਆ ਫਿਰ ਇੱਕ ਬ੍ਰੇਨ ਦੇ ਅੰਦਰ ਹਾਰਮੋਨ ਹੈ ਸੈਰੋਟੋਨਿਨ ਹਾਰਮੋਨ ਮੈਡਮ ਕਦੀ ਗੂਗਲ ਸਰਚ ਕਰਕੇ ਦੇਖਿਓ ਸੈਰੋਟੋਨਿਨ ਹਾਰਮੋਨ ਜਿਹੜਾ ਹੈਗਾ ਉਹ ਤੁਹਾਡੇ ਸਰੀਰ ਦਾ ਕਹ ਲਓ ਕਿ ਪਾਇਲਟ ਹੈ ਜਿੱਦਾਂ ਜਹਾਜ਼ ਦਾ ਪਾਇਲਟ ਹੈ ਉਹ ਤੁਹਾਡੀ ਬਾਡੀ ਦਾ ਉਹ ਅਗਰ ਤੁਹਾਨੂੰ ਕਹੇਗਾ ਤੁਸੀਂ ਸੁਭਾਸ਼ ਗੋਇਲ ਨਾਲ ਗੱਲ ਕਰਨੀ ਹੈ ਤੁਸੀਂ ਸੁਭਾਸ਼ ਗੋਇਲ ਨਾਲ ਕਰੋਗੇ ਉਹ ਕਹੇਗਾ ਤੁਸੀਂ ਰੱਬ ਨਾਲ ਗੱਲ ਕਰਨੀ ਹੈ ਤੁਸੀਂ ਰੱਬ ਨਾਲ ਗੱਲ ਕਰੋਗੇ ਜੋ ਉਹਨੇ ਤੁਹਾਨੂੰ ਕਹਿਣਾ ਤੁਹਾਡਾ ਉਹ ਮੇਰੇ ਹੱਥ ਹਿੱਲ ਰਿਹਾ ਪੈਰ ਹਿੱਲਦੇ ਉਹਦਾ ਵਰਕ ਹੈ ਤੇ ਉਹ ਨੂੰ ਇਹ ਸ਼ਰਾਬ ਜਿਹੜੀ ਆ ਡੈਮੇਜ ਕਰ ਦਿੰਦੀ ਆ ਉਹ ਫਿਰ ਇਨਸਾਨ ਰੋਜ਼ ਸਵੇਰੇ ਉੱਠ ਕੇ ਕਹਿੰਦਾ ਹੈ ਵੀ ਅੱਜ ਨਹੀਂ ਪੀਣੀ ਕੁਛ ਹੋ ਜਾਏ ਰੋਜ਼ ਕਹਿੰਦਾ ਉਹ ਬਾਥਰੂਮ ਚ ਬੈਠਾ ਜਦੋਂ ਕੱਲਾ ਬੈਠਾ ਹੁੰਦਾ ਉਹ ਕਹਿੰਦਾ ਅੱਜ ਨਹੀਂ ਪੀਣੀ ਕੁਛ ਹੋ ਜਾਏ ਤੇ ਜਿਉਂ ਦੋ ਫਿਰ ਉਹ ਥੋੜਾ ਜਿਹਾ ਦਹੀਂ ਖਾ ਲੈਂਦਾ ਥੋੜਾ ਜਿਹਾ ਹੋਰ ਮਾੜੇ ਮੋਟੀ ਡਾਈਟ ਹੋ ਜਾਂਦੀ ਆ ਜਦੋਂ 4:00 ਵੱਜਦੇ ਆ ਫਿਰ ਉਹ ਕਮਿਟਮੈਂਟ ਤਾਂ ਖੁਦ ਨਾਲ ਕੀਤੀ ਹੋਈ ਆ ਜੀ ਫਿਰ ਉਹ ਕਹਿੰਦਾ ਅੱਜ ਇੰਨਾ ਕੁ ਲਾਉਨੇ ਆ ਸਰੀਰ ਥੋੜਾ ਜਿਹਾ ਸੈੱਟ ਜਾ ਹੋ ਜੂ ਅੱਜ ਇੰਨੀ ਕੀ ਲਾ ਕੇ ਸਾਰ ਲਾਂਗੇ ਉਹ ਜਦੋਂ ਫਿਰ ਇੰਨੀ ਕੁ ਲਾਉਂਦਾ ਫਿਰ ਉਹ ਥੋੜੀ ਜਿਹਾ ਹੋਰ ਜੀ ਕਰਦਾ ਵੀ ਚੱਲ ਇੱਕ ਪੈਗ ਹੋਰ ਲਾ ਲੈਣੇ ਕਮਿਟਮੈਂਟ ਤਾਂ ਖੁਦ ਨਾਲ ਹੀ ਕੀਤੀ ਆ ਜਵਾਬ ਤਾਂ ਕਿਸੇ ਨੂੰ ਦੇਣਾ ਨਹੀਂ ਤੇ ਦੋ ਹੋ ਗਏ ਜਦੋਂ ਤੀਜਾ ਪੈਗ ਹੋ ਗਿਆ ਫਿਰ ਉਹ ਨਾ ਆਪਣੇ ਆਪ ਦਾ ਨਾ ਆਪਣੇ ਬਾਪ ਦਾ ਫਿਰ ਵਿਗੜ ਗਿਆ ਉਹ ਡੇਲੀ ਪ੍ਰੋਸੈਸ ਇਹ ਚੱਲਦਾ ਚੱਲਦਾ 20 25 ਸਾਲ ਚੱਲ ਜਾਂਦਾ ਜੀ ਜੀ ਜਦੋਂ ਫਿਰ ਪਰਿਵਾਰ ਨੂੰ ਫਿਕਰ ਪੈਂਦਾ ਵੀ ਇਹਦੀ ਹੁਣ ਸ਼ਰਾਬ ਚੜਾਈਏ ਜਦੋਂ ਘਰ ਵਾਲੀ ਨੂੰ ਖੁਦ ਠੇਕੇ ਤੇ ਜਾ ਕੇ ਲਿਆ ਕੇ ਉਹਨੂੰ ਦੇਣੀ ਪੈਂਦੀ ਹੈ ਵੀ ਕਿਤੇ ਮਰ ਨਾ ਜਾਵੇ ਉਹ ਕਿਉਂ ਕਿਉਂਕਿ ਸ਼ਰਾਬ ਨੇ ਉਹਨੂੰ ਅੰਦਰੋਂ ਉਹਦੇ ਐਂ ਹੱਥ ਹਿੱਲਦੇ ਨੇ ਕੋਈ ਗਲਾਸ ਨਹੀਂ ਚੱਕ ਸਕਦਾ ਇਹ ਮੈਂ ਉਹਨਾਂ ਦੀ ਗੱਲ ਕਰ ਰਹੀ ਇਹਨਾਂ ਦੀ ਬੱਤਰ ਹੋ ਜਾਂਦੀ ਹੈ ਕਈ ਕਈ ਮੇਰੇ ਕੋਲੇ ਨੌਜਵਾਨ ਆਉਂਦੇ ਆ ਕਹਿੰਣਗੇ ਲੈ ਸਾਡੇ ਪਿੰਡ ਜੀ ਫਲਾਣਾ ਤਾਇਆ ਉਹਨੂੰ ਸਾਰੀ ਉਮਰ ਬੀਤ ਗਈ ਤਾਰੂ ਪੀਂਦੇ ਨੂੰ ਲਾਲ ਪਿਆ ਟਮਾਟਰ ਵਰਗਾ ਪਰ ਉਹਨੂੰ ਅੰਦਰੋਂ ਦੇਖੋ ਸਾਦਰ ਵੀ ਡਾਕਟਰ ਸਾਹਿਬ ਮਤਲਬ ਪੂਰੀ ਉਮਰ ਹੀ ਮਤਲਬ ਐਡਾ ਮੇਰੇ ਖਿਆਲ ਦੋ ਪੈਗ ਤੋਂ ਤਿੰਨ ਪੈਗ ਉਹ ਰੋਜ਼ ਹੀ ਲਾਂਦੇ ਰਹੇ ਜਦ ਤੱਕ ਵੀ ਉਹ ਰਹੇ ਉਹਨਾਂ ਦੀ ਸਿਹਤ ਵੀ ਅੱਛੀ ਰਹੀ ਇਹ ਜਿਹੜੀ ਸਿਸਟਮ ਹੈ ਨਾ ਜੀ ਦੇਖੋ ਇੱਥੇ ਮੈਂ ਤੁਹਾਡੇ ਨਾਲ ਸਹਿਮਤ ਆ ਐਗਰੀ ਕਰਦਾ ਜਿਹੜਾ 30 ਐਮਐਲ ਆ 60 ਐਮਐਲ ਆ ਉਹ ਠੀਕ ਹੈ ਇੱਥੇ ਤੱਕ ਲੋਕ ਜੇ ਲੈਂਦੇ ਆ ਤਾਂ ਦੇਖੋ ਸਰਕਾਰਾਂ ਵੀ ਚੋਣਵੀਆਂ ਨੇ ਉਹਨਾਂ ਦੇ ਬਜਟ ਵੀ ਇਹਦੇ ਤੇ ਹੀ ਖੜੇ ਆ ਮਤਲਬ ਹਰ ਮੋੜ ਤੇ ਠੇਕਾ ਹੈ ਉਹਨਾਂ ਦੇ ਵੀ ਬੱਚੇ ਨੇ ਠੇਕੇ ਵਾਲਿਆਂ ਦੇ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਇਹਨੂੰ ਮਤਲਬ ਬਿਲਕੁਲ ਹੀ ਕੁਝ ਮਤਲਬ ਇਹ ਜ਼ਰੂਰ ਹੈ ਕਿ ਜਦੋਂ ਕੋਈ ਵੀ ਚੀਜ਼ ਬਦਤਰ ਹੋ ਜੇ ਤਾਂ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਤੁਹਾਡੇ ਆਪਣੇ ਸਰੀਰ ਨੂੰ ਹੈ ਫਿਰ ਤੁਹਾਡੇ ਪਰਿਵਾਰ ਨੂੰ ਹੈ ਫਿਰ ਤੁਹਾਡੇ ਆਸ ਪੜੋਸ ਨੂੰ ਵੀ ਹੈ ਫਿਰ ਤੁਹਾਡੇ ਬੱਚਿਆਂ ਨੂੰ ਵੀ ਹੈ ਤਾਂ ਇਸ ਕਰਕੇ ਜਿਹੜੇ ਲੋਕੀ ਨਸ਼ੇ ਕਰਦੇ ਆ ਉਹਨਾਂ ਲਈ ਮੈਂ ਜ਼ਰੂਰ ਕਹਿਣਾ ਹੁੰਨਾ ਕਿ ਜਿਹੜੇ ਸਾਡੇ ਵੈਦ ਜੀ ਨੇ ਦਵਾਈਆਂ ਕੁਝ ਬਣਾਈਆਂ ਨੇ ਉਹ ਵਾਕਈ ਉਹਨਾਂ ਲਈ ਵਰਦਾਨ ਨੇ ਔਰ ਜਿਹੜਾ ਸਾਡੀ ਸੰਸਥਾ ਦਾ ਨਾਮ ਵਰਦਾਨ ਆਯੁਰਵੈਦਿਕ ਪਿਆ ਜੀ ਇਹ 2007 ਦੀ ਗੱਲ ਹੈ ਮੈਡਮ ਉਸ ਟਾਈਮ ਅਸੀਂ ਲੋਕਾਂ ਨੂੰ ਇੰਨੀ ਕੁ ਜੋਰ ਦੇ ਕੇ ਇਹ ਸਪੀਚ ਦਿੱਤੀਆਂ ਸੀਗੀਆਂ ਕਿ ਲੋਕਾਂ ਨੇ ਬਹੁਤ ਸ਼ਰਾਬ ਛੱਡਣ ਦੇ ਵਿੱਚ ਸਹਿਯੋਗ ਕੀਤਾ ਔਰ ਸ਼ਰਾਬ ਛੱਡੀ ਵੀ ਤਾਂ ਫਿਰ ਕਈ ਮਾਤਾ ਭੈਣਾਂ ਨੇ ਸਾਨੂੰ ਕਿਹਾ ਵੀ ਗੁਲਬ ਸਿੰਘ ਇਹ ਤੁਹਾਡੀ ਦਵਾਈ ਸੱਚਮੁੱਚ ਸਾਡੇ ਪਰਿਵਾਰ ਲਈ ਤਾਂ ਵਰਦਾਨ ਹੀ ਸਾਬਤ ਹੋਈ ਹੈ ਤਾਂ ਫਿਰ ਮੈਂ ਉਸ ਤੋਂ ਬਾਅਦ ਇਹਦਾ ਨਾਮ ਵਰਦਾਨ ਨਾ ਜ਼ਰੂਰੀਕ ਸੰਸਥਾਨ ਹੀ ਰੱਖਤਾ ਸੀਗਾ ਨਹੀਂ ਬਹੁਤ ਹੀ ਸੋਹਣਾ ਨਾਮ ਹੈ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਮੈਡਮ ਜੀ ਬਹੁਤ ਹੀ ਸਪੈਸ਼ਲ ਪ੍ਰੋਡਕਟ ਬਣਾਇਆ ਹੋਇਆ ਸੀ ਇਹਦਾ ਨਾਮ ਵੀ ਅਸੀਂ ਰੱਖਿਆ ਗੱਬਰੂ ਪਾਊਡਰ ਮਤਲਬ ਦੁਬਾਰਾ ਤੋਂ ਇਨਸਾਨ ਨੂੰ ਜਵਾਨ ਕਰ ਦੇਣਾ ਗੱਭਰੂ ਕਰ ਦੇਣਾ ਮਤਲਬ ਉਹਦੇ ਅੰਦਰ ਸਰੀਰ ਦੇ ਨਵੀਂ ਜਾਨ ਪਾ ਦੇਣੀ ਇਹ ਪ੍ਰੋਡਕਟ ਅਸੀਂ ਜਦੋਂ ਬਣਿਆ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਅਸੀਂ ਪਾਈ ਆ ਕੇਸਰ ਅੱਛਾ ਜੀ ਪਿਓਰ ਕੇਸਰ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਕੌਂਚ ਬੀਜ ਕੌਂਚ ਬੀਜ ਜਿਹੜਾ ਹੈਗਾ ਸਾਡੇ ਸੀਮਨ ਨੂੰ ਸਟਰੋਂਗ ਕਰਦਾ ਜਿਹੜਾ ਕਿ ਨਸ਼ੇ ਕਰ ਕਰਕੇ ਇਨਸਾਨ ਦਾ ਜਮੇ ਸੁੱਕ ਜਾਂਦਾ ਫਿਰ ਉਹਦੇ ਸਰੀਰ 'ਚ ਜਾਨ ਨਹੀਂ ਰਹਿੰਦੀ ਤੇ ਦੂਜੀ ਚੀਜ਼ ਜਿਹੜੀ ਇਹ 'ਚ ਪਾਈ ਆ ਗੋਖਰੂ ਗੋਖੂ ਜਿਹੜਾ ਤੁਹਾਡੇ ਯੂਰিন ਸਿਸਟਮ ਨੂੰ ਸਾਫ਼ ਕਰਦਾ ਫਿਰ ਇੱਚ ਤਲ ਮਖਾਣਾ ਜੈਫਲ ਜਵਿਤਰੀ ਜੈਫਲ ਜਵਿਤਰੀ ਜਿਹੜੀ ਹੈ ਨਾ ਜੀ ਉਹ ਮੈਂ ਮੈਡਮ ਤੁਹਾਨੂੰ ਅੱਜ ਜਾਣਕਾਰੀ ਦੇ ਦਵਾਂ ਜਿਹੜੀ ਕਸਤੂਰੀ ਅਸੀਂ ਕਹਿੰਦੇ ਸੀ ਹਿਰਨ ਦੇ ਪੇਟ ਚੋਂ ਮਿਲਦੀ ਆ ਉਹ ਕਸਤੂਰੀ ਦਾ ਵਿਕਲਪ ਹੈ ਜੈਫਲ ਔਰ ਜਵਿਤਰੀ ਇਹ ਇਹਦੀ ਇੰਨੀ ਪਾਵਰ ਇਸ ਚੀਜ਼ ਦੇ ਵਿੱਚ ਔਰ ਤੁਸੀਂ ਆਮ ਮਸਾਲਿਆਂ ਚ ਯੂਜ਼ ਕਰਦੇ ਹੋਣੇ ਆ ਫਿਰ ਇਹਦੇ ਵਿੱਚ ਅਸ਼ਵਗੰਧ ਹੈ ਔਰ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨੁਸਖੇ ਜਿਹੜੇ ਅਸੀਂ ਉੱਪਰ ਬਕਾਇਦਾ ਲਿਖੇ ਹੋਏ ਨੇ ਹੁਣ ਜਿਹੜਾ ਸਮਾਂ ਅਸੀਂ ਉਹਦੇ ਨੂੰ ਉਹਦਾ ਵੀ ਧਿਆਨ ਰੱਖਣਾ ਕਿ ਇਹ ਸੇ ਨੁਸਖੇ ਜਿਹੜੇ ਨੇ ਇਹਦੇ ਤੇ ਬਕਾਇਦਾ ਲਿਖੇ ਨੇ ਤੁਸੀਂ Google ਤੇ ਜਾਇਓ ਵੈਦਵਾਨ ਲਿਖ ਕੇ ਉਹਦੇ ਬਾਅਦ ਗੱਬਰੂ ਚੂਰਨ ਲਿਖੋ ਗਬਰੂ ਡਾਈਟ ਲਿਖੋ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਬਾਡੀ ਦੇ ਵਿੱਚ ਨਸ਼ੇ ਦੀ ਜ਼ਰੂਰਤ ਹੀ ਨਹੀਂ ਹੈ ਜਦੋਂ ਤੁਸੀਂ ਇਹ ਦੋ ਤਿੰਨ ਡੱਬੇ ਬਾਡੀ ਚ ਲੈ ਗਏ ਤਾਂ ਉਸ ਤੋਂ ਬਾਅਦ ਇਹਦੀ ਬਿਲਕੁਲ ਜ਼ਰੂਰਤ ਨਹੀਂ ਪੈਣੀ ਔਰ ਜਿਹੜੇ ਲੋਕੀ ਨਸ਼ੇ ਕਰਦੇ ਹਨ ਮੈਡਮ ਉਹਨਾਂ ਦੇ ਸ਼ਰੀਰ ਬਿਲਕੁਲ ਖਤਮ ਹੋਏ ਹੁੰਦੇ ਆ ਕਮਜ਼ੋਰ ਹੋ ਜਾਂਦੇ ਆ ਉਹਨਾਂ ਨੂੰ ਤਾਕਤ ਦੀ ਲੋੜ ਹੈ ਤੇ ਉਹਦੇ ਵਾਸਤੇ ਇੱਕ ਇਹ ਤੇਲ ਬਣਾਇਆ ਹੋਇਆ ਇਹ ਐਕਚੁਅਲੀ ਮਸਟਰਡ ਆਇਲ ਹੈ ਜੀ ਅੱਛਾ ਇਹ ਨੂੰ ਅਸੀਂ ਕੀ ਕਰਦੇ ਆ ਸਰੋਂ ਨੂੰ ਸਭ ਤੋਂ ਪਹਿਲਾਂ ਸਰੋਂ ਦੀਆਂ ਥੈਲੀਆਂ ਭਲਾ ਕੇ 2-2 4-4 ਕਿਲੋ ਦੀਆਂ ਕੱਪੜੇ ਦੀਆਂ ਉਹਨੂੰ ਅਸੀਂ ਕਸਟਰਾਇਲ ਦੇ ਵਿੱਚ ਡਬੋ ਦਿੰਨੇ ਆ ਅੱਛਾ ਜਿਹੜਾ ਕਿ ਅਰਿੰਡ ਦਾ ਤੇਲ ਆ ਹਾਂਜੀ ਉਹਦੇ ਵਿੱਚ ਡਬੋ ਦਿੰਨੇ ਆ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਅਸੀਂ ਅੱਕ ਦਾ ਦੁੱਧ ਘੇੜ ਦਿਆਂ 10-12 ਦਿਨ ਬਾਅਦ ਫਿਰ ਉਹ ਜਿਹੜੀ ਸਰੋਂ ਹੈ ਫੁੱਲ ਜਾਂਦੀ ਹੈ ਉਹ ਸਾਰੀ ਚੀਜ਼ਾਂ ਅਬਜ਼ਾਰਬ ਕਰਦੀ ਆ ਫਿਰ ਜਿਵੇਂ ਆਪਾਂ ਪੁਰਾਣੇ ਜ਼ਮਾਨੇ ਚ ਮੰਝਾਂ ਦੇ ਵਿਛਾ ਕੇ ਕਣਕ ਹੋਂ ਤਾਂ ਸੁਪਨੇ ਰਹੇਗੇ ਕਣਕ ਸੁਕਾਉਂਦੇ ਸੀ ਫਿਰ ਜਾ ਕੇ ਉੱਥੋਂ ਪਿਸਾਉਂਦੇ ਸੀ ਚੱਕੀ ਤੋਂ ਉਸ ਤਰ੍ਹਾਂ ਫਿਰ ਉਹ ਸਰੋਂ ਨੂੰ ਖੋਲ ਕੇ ਡਰਾਈ ਕਰਕੇ ਫਿਰ ਉਹਨੂੰ ਦੁਬਾਰਾ ਤੋਂ ਉਹ ਮਤਲਬ ਕਿ ਉਹਦਾ ਤੇਲ ਕੱਢਿਆ ਜਾਂਦਾ ਔਰ ਇਸ ਤੇਲ ਦਾ ਰੰਗ ਰੂਪ ਹੀ ਅਲੱਗ ਹੈ ਇਉਂ ਤੇਲ ਨਹੀਂ ਹੁੰਦਾ ਤੇ ਇਹ ਤੇਲ ਦੀ ਵੀ ਅਸੀਂ ਉਹਨੂੰ ਕਹਿੰਦੇ ਆ ਜੋ ਵੀ ਇਨਸਾਨ ਨਸ਼ੇ ਦੀ ਦਲਦਲ 'ਚ ਫਸਿਆ ਹੈ ਕਿ ਇਹਦੇ ਪੈਰਾਂ ਨੂੰ ਹੱਥਾਂ ਨੂੰ ਇਹਦੇ ਨੱਕ ਦੇ ਵਿੱਚ ਕੰਨ ਦੇ ਵਿੱਚ ਇਹਦੇ ਤੇਲ ਦੀਆਂ ਥੋੜੇ ਜਿਹੜੇ ਹੈਗੇ ਉਹਨੂੰ ਰਗਿੰਗ ਦਿਓ ਉਹਦੀ ਮ사ਜ ਕਰੋ ਨਸ਼ਾ ਇਦਾਂ ਛੱਡੂਗਾ ਜਦੋਂ ਫਿਰ ਉਹ ਕਹਿੰਦਾ ਗੁਇਲ ਸਾਹਿਬ ਮੈਂਡੂ ਤੁਸੀਂ ਦੱਸੋ ਕਿਵੇਂ ਕਰਦੇ ਹੋ ਮੈਂ ਨਸ਼ਾ ਛੱਡਣ ਨੂੰ ਤਿਆਰ ਆਂ ਪਰ ਇਹਨਾਂ ਨੂੰ ਸਿੱਧੇ ਕਰੋ ਉਹ ਇਦਾਂ ਬੋਲਦਾ ਹੁੰਦਾ ਮੈਂ ਕਹਿੰਦਾ ਵੀ ਮੈਂ ਕੋਈ ਸਿੱਧਾ ਕਰਨ ਵਾਲਾ ਨਹੀਂ ਇਹ ਆਪੇ ਸਿੱਧੇ ਨੇ ਤੂੰ ਅੱਜ ਹੀ ਛੱਡ ਤੂੰ ਮਨ ਬਣਾ ਤੈਨੂੰ ਮੇਰੀ ਸਾਡੀ ਜਿਹੜੀ ਦਵਾਈ ਆ ਪਹਿਲੇ ਦਿਨ ਤੋਂ ਜੇ ਇੰਨੀ ਵੀ ਤੋੜ ਲੱਗ ਜੇ ਤਕਲੀਫ ਹੋ ਜੇ ਤੈਨੂੰ ਨਸ਼ਾ ਛੱਡਣ 'ਚ ਕੋਈ ਦਿੱਕਤ ਆ ਜੇ ਤਾਂ ਉਹ ਸਾਡੀ ਜ਼ਿੰਮੇਵਾਰੀ ਹੈ